ਸ਼ਨੀ ਮੰਦਿਰ ਦੇ ਬਾਹਰੋਂ ਇੱਕ ਛੋਟੇ ਜਿਹੇ ਮਾਸੂਮ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਤੇ ਇਸ ਬੱਚੇ ਦੀ ਲਾਸ਼ ਨੂੰ ਰੱਖਣ ਵਾਲਾ ਵਿਅਕਤੀ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਤਾਂ ਇੱਕ ਥੈਲੇ ਦੇ ਵਿੱਚੋਂ ਇਸ ਬੱਚੇ ਦੀ ਲਾਸ਼ ਮਿਲੀ ਹੈ। ਦੱਸ ਦਈਏ ਕਿ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੇ ਰੰਗ ਦੀ ਟੀ ਸ਼ਰਟ ਪਾ ਕੇ ਜੋ ਵਿਅਕਤੀ ਆਉਂਦਾ ਪਹਿਲਾਂ ਤਾਂ ਗੇਟ ਦੇ ਬਿਲਕੁਲ ਸਾਈਡ ਦੇ ਵਿੱਚ ਇੱਕ ਥੈਲਾ ਰੱਖਦਾ ਅਤੇ ਫਿਰ ਅੰਦਰ ਜਾਂਦਾ, ਹੱਥ ਧੋਂਦਾ ਅਤੇ ਫਿਰ ਮੰਦਿਰ ਦੇ ਅੰਦਰ ਮੱਥਾ ਟੇਕਦਾ। ਮੱਥਾ ਟੇਕ ਕੇ ਜਿਵੇਂ ਬਾਹਰ ਨਿਕਲਦਾ ਤਾਂ ਉਸ ਤੋਂ ਬਾਅਦ ਉੱਥੋਂ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਬੱਚੇ ਦੀ ਉਸਦੇ ਵਿੱਚੋਂ ਲਾਸ਼ ਮਿਲੀ ਹੈ। ਹਾਲਾਂਕਿ ਪਹਿਲਾਂ ਤਾਂ ਕਾਫ਼ੀ ਦੇਰ ਤੋਂ ਇਸ ਥੈਲੇ ਨੂੰ ਦੇਖਿਆ ਜਾ ਰਿਹਾ ਸੀ ਕਿ ਆਖਰ ਇਸ ਦੇ ਵਿੱਚ ਹੈ ਕੀ, ਜਿਸ ਤੋਂ ਬਾਅਦ ਮੰਦਿਰ ਕਮੇਟੀ ਦੇ ਮੈਂਬਰ ਇਕੱਠੇ ਹੁੰਦੇ ਨੇ। ਉਹਨਾਂ ਦੀ ਮੌਜੂਦਗੀ ਦੇ ਵਿੱਚ ਜਦੋਂ ਇਸ ਥੈਲੇ ਨੂੰ ਖੋਲ੍ਹਿਆ ਜਾਂਦਾ ਤਾਂ ਇੱਕ ਵਾਰ ਦੇਖ ਕੇ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਕਿ ਆਖਰ ਇੱਕ ਛੋਟੇ ਜਿਹੇ ਮਾਸੂਮ ਬੱਚੇ ਦੀ ਲਾਸ਼ ਇੱਥੇ ਕੀ ਕਰ ਰਹੀ ਹੈ। ਤਾਂ ਇਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ, ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਅਤੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਬਾਹਰ ਸੀਸੀਟੀਵੀ ਲੱਗਿਆ ਉਸਨੂੰ ਦੇਖਿਆ ਜਾਂਦਾ ਤਾਂ ਉਸਦੇ ਵਿੱਚ ਇਹ ਸ਼ਖਸ ਕੈਦ ਹੁੰਦਾ, ਜਿਸ ਦੇ ਹੱਥ ਦੇ ਵਿੱਚ ਪਹਿਲਾਂ ਤਾਂ ਲਿਫਾਫਾ ਫੜਿਆ ਹੁੰਦਾ ਅਤੇ ਫਿਰ ਉਸ ਸਾਈਡ ਦੇ ਵਿੱਚ ਉਸ ਬੈਗ ਨੂੰ ਰੱਖ ਦਿੰਦਾ ਅਤੇ ਬੈਗ ਰੱਖਣ ਤੋਂ ਬਾਅਦ ਜਦੋਂ ਚੱਪਲਾਂ ਉਤਾਰਦਾ, ਚੱਪਲਾਂ ਉਤਾਰ ਕੇ ਅੰਦਰ ਜਾ ਕੇ ਮੱਥਾ ਟੇਕਦਾ ਅਤੇ ਫਿਰ ਉੱਥੋਂ ਫਰਾਰ ਹੁੰਦਾ। ਫਿਲਹਾਲ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ ਅਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸ਼ਨੀ ਦੇਵ ਮੰਦਿਰ ਦੇ ਬਾਹਰ ਇੱਕ ਬੱਚੇ ਦੀ ਲਾਸ਼ ਮਿਲੀ ਹੈ। जय श्री राम मित्रों, हर हर महादेव। मैंने आपको एक वीडियो डाली है जो कि एक व्यक्ति काले रंग के कपड़े पहनकर इच्छापूर्ण श्री शनिदेव मंदिर के बाहर एक झोले में बच्चे का शव रख के चला गया था। उसकी वीडियो भी मैंने आपको डाली और वो बच्चे की फ़ोटो भी आपको डाली जो उसमें था। पर काफ़ी दिन होने के बाद अभी तक उस आदमी का पूर्ण तौर पे पता नहीं चल पा रहा है। तो मैं आप सभी से हाथ जोड़ के बेनती करना चाहता हूँ, जो वीडियो मैं आपको दे रहा हूँ उस आदमी की, आप सभी अपने सोशल मीडिया अकाउंट से अपने चैनलों पर चलाएं जो कि इस आदमी का पता चल सके कि वो जो छोटे से बच्चे का शव है किसका था, कहाँ से वो लाया और किस सोच के माध्यम से उसने मंदिर के बाहर रखा। ऐसे आदमी को पकड़ने में हमारी मदद करें। आपसे यही रिक्वेस्ट है बार बार कि वो वीडियो जो मैं आपको डाल रहा हूँ उसे आप सभी अपने चैनलों पर चलाएं, अखबार में लगाएं और अपने सोशल मीडिया पर डालें। बस यही आपसे हाथ जोड़ के प्रार्थना है मेरी। जय श्री राम, हर हर महादेव। ਕਿੰਨੀ ਕੁ ਉਮਰ ਲੱਗਦਾ ਹੈ? 9 ਮਹੀਨੇ ਦਾ ਬੱਚਾ ਮਤਲਬ ਪੈਦਾ ਹੀ ਹੋਇਆ ਵਾ। ਮਤਲਬ ਪੈਦਾ ਹੀ ਹੋਇਆ, ਪੈਦਾ ਹੋਇਆ, ਬੇਟਾ ਵਾ ਹੈ। ਮੁੰਡਾ ਕੀ ਹੈ? ਠੀਕ ਹੈ। ਜੇ ਤੁਸੀਂ ਨਹੀਂ ਰੱਖਣਾ ਸੀ ਕਿਸੇ ਨੂੰ ਦੇ ਦਾਂਗੇ, ਜੇ ਬਿਮਾਰ ਸੀ ਅੱਖਾਂ ਲੈ ਜਾਂਦੇ ਤਾਂ ਰੋਡ ਦੇ ਉੱਤੇ ਛੱਡ ਕੇ ਜਾਣਾ ਕਿੰਨੀ ਵੱਡੀ ਨਾਕਾਮੀ ਹੈ। ਔਰ ਇੱਦਾਂ ਦੀਆਂ ਨਾਕਾਮੀਆਂ ਉਦੋਂ ਆਉਂਦੀਆਂ ਨਾਕਾਮ ਸਰਕਾਰਾਂ ਹੁੰਦੀਆਂ। ਪਰ ਜੇ ਗੱਲ ਕਰੀਏ ਕਿ ਲੋਕ ਰੱਬ ਤੋਂ ਡਰਦੇ ਸੀ, ਇਹ ਰੱਬ ਦੇ ਡਰ 'ਤੇ ਗੇਟ 'ਤੇ ਮੁੰਡੇ ਰੱਖ ਗਏ? ਜਦੋਂ ਰੱਬ ਤੋਂ ਡਰਦਾ ਹੋਇਆ ਕੋਈ ਅਤੇ ਉਹ ਚਿੜੀਆਂ ਨੂੰ ਪਤਾ ਨਹੀਂ ਮਾਰਦਾ ਕਿਸੇ ਦਾ ਬੱਚਾ ਵਾ ਬੇਟਾ ਵਾ ਕਿਸੇ ਦੇ ਪੈਦਾ ਹੋਇਆ ਨਹੀਂ ਕਰਦੇ ਰੋਡ ਕਰਦਾ। ਉਸਨੂੰ ਮੌਕੇ 'ਤੇ ਬੁਲਾਇਆ ਤੁਸੀਂ? ਉਸਨੂੰ ਮੌਕੇ 'ਤੇ ਬੁਲਾਇਆ, ਪੁਲਿਸ ਆਈ ਹੈ। ਅਤੇ ਇੱਦਾਂ ਦੇ ਬੰਦੇ ਅਗਰ ਫੜੇ ਜਾਂਦੇ ਤਾਂ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ? ਸਿਰਫ ਰੋਡ ਦੇ ਉੱਤੇ ਖੜਾ ਕੇ ਗੋਲੀ ਮਾਰ ਦਿੰਦੇ। ਕਾਨੂੰਨ ਐਸਾ ਹੋਣਾ ਚਾਹੀਦਾ, ਜਿਹੜੇ ਨਵੇਂ ਕਾਨੂੰਨ ਬਣੇ ਆ ਇੱਦਾਂ ਦਾ ਫਾਂਸੀ ਫਾਂਸੀ ਰੋਡ ਦੇ ਉੱਤੇ ਫਾਂਸੀ ਤਤਕਾਲ ਫਾਂਸੀ, ਮਤਲਬ ਕੋਈ ਸੁਣਵਾਈ ਨਹੀਂ, ਕੁਛ ਨਹੀਂ, ਇੱਕ ਵੱਟ ਕੁਛ ਨਹੀਂ, ਕੋਈ ਤਰੀਕ ਨਹੀਂ। ਬਸ ਰੋਡ 'ਤੇ ਜਿੱਥੇ ਉਹ ਬਾਹਰ ਬੱਚਾ ਮਾਰ ਕੇ ਛੱਡ ਗਿਆ ਉੱਥੇ ਹੀ ਫਾਂਸੀ, ਸਾਰੇ ਪਰਿਵਾਰ ਨੂੰ ਦੇ ਦਿਓ ਉਹਨਾਂ ਨੂੰ ਜਿਹਨਾਂ ਨੇ ਛੱਡਿਆ। ਇੱਕ ਵੀ ਬੰਦਾ ਬਚਣਾ ਨਹੀਂ ਚਾਹੀਦਾ ਇੱਦਾਂ ਦਾ, ਨਹੀਂ ਤਾਂ ਧਰਤੀ ਦਾ ਵਿਨਾਸ਼ ਹੋ ਜਾਂਦਾ।
ਮੌਕੇ 'ਤੇ ਪੁਲਿਸ ਆਈ ਜੀ, ਪੁਲਿਸ ਬੁਲਾਈ ਸੀ, ਆਈ ਪੁਲਿਸ ਪੌਣੇ ਘੰਟੇ ਬਾਅਦ।